ਬੱਚਿਆਂ ਨੇ ਥੋੜ੍ਹੇ ਥੋੜ੍ਹਾ ਕੁੜੀਆਂ ਵੱਡੀਆਂ ਨੇ ਸਿੱਖਿਆ, ਉਹ ਹੁਣ ਕੰਮਾਂ 'ਚ ਇੱਥੇ ਟਾਈਮ ਹੀ ਨਹੀਂ ਕਿਸੇ ਨੂੰ, ਕਿਸੇ ਕੋਲ ਟਾਈਮ ਨਹੀਂ ਹੈਗਾ ਕਿ ਬਾਹਰ ਜਾ ਕੇ ਕੀਰਤਨ ਕਰੀਏ, ਉਹ ਤਾਂ ਵਿਚਾਰੀਆਂ ਕੰਮਾਂ 'ਤੇ ਲੱਗੇ, ਕੰਮਾਂ 'ਤੇ ਲੱਗੇ ਰਹਿੰਦੀ ਹੈਗੀ ਆ, ਬਸ ਇਸ ਕਰਕੇ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ। ਜਿਹੜੇ ਸਿੱਖੇ ਉਹ ਵੀ ਬੱਚੇ, ਉਹਨਾਂ ਨੂੰ ਵੀ ਟਾਈਮ ਨਹੀਂ ਲੱਗਦਾ ਪੜ੍ਹਨ ਦਾ, ਨਹੀਂ ਸਿੱਖਿਆ। ਸ਼ੌਕ ਤਾਂ ਸੀਗਾ ਬਥੇਰਾ, ਪਰ ਸਿਖਾਈਏ ਪਰ ਬੱਚਿਆਂ ਨੂੰ, ਬੱਚਿਆਂ ਨੂੰ ਇੰਨਾ ਨਹੀਂ ਹੈਗਾ ਸ਼ੌਕ ਸਿੱਖਣ ਦਾ ਜਾਂ ਕਿੱਦਾਂ। ਛੋਟਾ ਮੇਰਾ ਕਾਕਾ ਹੈਗਾ, ਉਹ ਤਬਲਾ ਵਜਾ ਲੈਂਦਾ ਕਿਤੇ ਲੋੜ ਪਵੇ ਤਾਂ, ਕੰਮ ਸਾਰ ਦਿੰਦਾ, ਰੱਖਿਆ ਕਰ ਤਬਲਾ ਵਜਾ ਸਾਰਾ ਕੰਮ, ਬੜੇ ਦਾ ਤਾਂ ਨਹੀਂ ਇੰਨਾ ਹੈਗਾ। ਲੱਗਦਾ ਫੀਲ ਤਾਂ ਹੁੰਦਾ ਆ ਕਿ ਬੱਚਿਆਂ ਨੂੰ ਅਸੀਂ ਕਰਾਉਂਦੇ ਕੁਛ ਸਿਖਾਉਂਦੇ, ਪਰ ਹੁਣ ਬੱਚਿਆਂ ਦੀਆਂ ਮਜਬੂਰੀਆਂ ਹੈਗੀਆਂ ਕੁਛ। ਮੈਂ ਕਹਿੰਦੀ ਹਾਂ ਵੀ ਕੀਰਤਨ ਦੀ ਦਾਤ ਜਿਹੜੀ ਤਾਂ ਬਗੈਰ ਭਾਗਾ ਤੋਂ ਨਹੀਂ ਮਿਲਦੀ। ਇੱਥੇ ਦਾ ਮਾਹੌਲ ਜਿਹੜਾ ਨਾ ਬੱਚਿਆਂ ਦਾ, ਤੁਹਾਨੂੰ ਪਤਾ ਹੀ ਆ ਵੀ ਕਿਹੋ ਜਿਹਾ ਹੈਗਾ, ਜਦੋਂ ਤਾਂ ਬਚਪਨ ਤੋਂ ਤੁਸੀਂ ਲਾ ਦਿਓ ਤਾਂ ਲੱਗਦੇ ਆ, ਵੱਡੇ ਹੋ ਕੇ ਤਾਂ ਫਿਰ ਆਪਣੀ ਮਰਜ਼ੀ 'ਤੇ ਰਹਿੰਦੇ ਹੈਗੇ ਆ, ਕਿਉਂਕਿ ਸਕੂਲਾਂ ਦੀਆਂ ਪੜ੍ਹਾਈਆਂ ਇਹਨਾਂ ਦੀਆਂ ਬਹੁਤ ਹੋ ਜਾਂਦੀਆਂ। ਜਿਹਨਾਂ ਨੂੰ ਸਿੱਖਣਾ ਸ਼ੌਕ ਹੋਵੇ, ਅੰਦਰੋਂ ਸ਼ੌਕ ਹੋਵੇ ਤਾਂ ਸਾਰਾ ਕੁਛ ਆਉਂਦਾ। ਜੇ ਤੁਹਾਨੂੰ ਖੁਦ ਨੂੰ ਸ਼ੌਕ ਨਹੀਂ ਨਾ, ਮੱਲੋ ਮੱਲੀ ਸਿਖਾਓ ਤਾਂ ਉਹ ਨਹੀਂ, ਉਹ ਕੰਮ ਨਹੀਂ ਆਉਂਦਾ।